ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਆ, ਅਸੀਂ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ, ਸਾਡੇ ਕੋਲ ਗਰੀਬੀ ਆ, ਪੈਸਾ ਨਹੀਂ ਹੈਗਾ, ਸਾਨੂੰ ਇੰਨੇ ਜ਼ਿਆਦਾ ਦੁੱਖ ਨੇ, ਇੰਨੀ ਜ਼ਿਆਦਾ ਬਿਮਾਰੀਆਂ ਨੇ। ਪਰ ਅੱਜ ਅਸੀਂ ਤੁਹਾਨੂੰ ਕੁਛ ਇੱਦਾਂ ਦੀ ਸਟੋਰੀਆਂ ਨਾਲ ਰੂਬਰੂ ਕਰਵਾਵਾਂਗੇ, ਤੁਸੀਂ ਜ਼ਰੂਰ ਜਿਹੜਾ ਆ ਭਾਵੁਕ ਹੋ ਜਾਓਗੇ। ਜਦੋਂ ਇੱਦਾਂ ਦੇ ਲੋਕ ਦੇਖਦੇ ਹੋ, ਇਤਨੀ ਮਤਲਬ ਦੁਨੀਆ ਦੇ ਇਹ ਰੂਪ ਦੇਖਦੇ ਹੋ, ਕੀ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਆਉਂਦਾ, ਕੀ ਸੋਚਦੇ ਹੋ ਇਹਨਾਂ ਨੂੰ ਦੇਖ? ਇਹਨੂੰ ਬੇਟਾ ਮੈਂ ਦੇਖ ਕੇ ਇਹੀ ਸੋਚਦਾ ਕਿ ਇਹ ਪਰਮਾਤਮਾ ਦੀ ਖੇਡ ਆ, ਠੀਕ ਆ। ਕਿਸੇ ਕੋਲ ਪੈਸੇ ਗਿਣੇ ਨਹੀਂ ਜਾਂਦੇ, ਕਿਸੇ ਨੂੰ ਉਹਨਾਂ ਦੇ ਘਰਾਂ ਵਿੱਚ ਮਸ਼ੀਨਾਂ ਲਾਉਣੀਆਂ ਪੈਂਦੀਆਂ ਨੇ, ਜਿਹੜਾ ਬਲੈਕ ਦਾ ਪੈਸਾ ਹੁੰਦਾ। ਕਈ ਇਹੋ ਜਿਹੇ ਗਰੀਬ ਨੇ ਜਿਹਨਾਂ ਨੂੰ ਉਹੀ ਅਮੀਰ ਇਹਨਾਂ ਨੂੰ ਪੁੱਛਦੇ ਤੱਕ ਨਹੀਂ। ਤੂੰ ਦੇਖੋ ਇਹਨਾਂ ਦਾ ਹਾਲ ਕੀ ਆ, ਜਾਂ ਇਹਨਾਂ ਨੂੰ ਰੋਡ ਸਾਈਡ ਆ ਜਾਂ ਫਿਰ ਇਹ ਆਸ਼ਰਮ ਆ, ਸੜਕ ਤੇ ਪੈਣਾ ਕਿੰਨਾ ਔਖਾ ਹੈ। ਇਹ ਨਾ ਸ਼ਿਮਲਾਪੁਰੀ ਰਹਿੰਦੀ ਹੁੰਦੀ ਸੀ ਲੁਧਿਆਣੇ ਵਿੱਚ। ਇਹਦੀ ਭੈਣ ਦੇ ਦੱਸੇ ਦੇ ਮਗਰ, ਇਹ ਨਹੀਂ ਆਪਣੀ ਸਟੋਰੀ ਦੱਸ ਸਕਦੀ। ਇਹਦੀ ਇੱਕ ਭੈਣ ਸੀ, ਉਹ ਇਹਨੂੰ ਇੱਥੇ ਫਿਰ ਛੱਡ ਕੇ ਗਈ ਸੀ। ਇਹ 2018 ਵਿੱਚ ਇਹਦੇ ਹਸਬੈਂਡ ਦੀ ਡੈਥ ਹੋ ਗਈ ਸੀ। ਇਹਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰੇ ਹਸਬੈਂਡ ਸੀ, ਉਸੇ ਰੂਮ ਵਿੱਚ ਰਹਿੰਦੇ ਸੀ, ਇੱਕੋ ਰੂਮ ਦੇ ਵਿੱਚ। ਇਹ ਕਹਿੰਦੇ ਸੀ ਕੋਈ ਬਾਬਾ ਜੀ ਸੀ ਇੱਥੇ, ਕਹਿੰਦੇ ਮੇਰੇ ਨਾਲ ਰਹਿੰਦੇ ਸੀ। ਫਿਰ ਜਿਹੜੇ ਮੁਹੱਲੇ ਵਾਲਿਆਂ ਦੇ ਇਹਦੇ ਹਸਬੈਂਡ ਦੀ ਜਿਹੜਾ ਹੈਗਾ ਉਹ ਅੰਤਿਮ ਸੰਸਕਾਰ ਕਰ ਦਿੱਤਾ। ਅਤੇ ਜਿਹਨਾਂ ਦੇ ਇਹ ਰੈਂਟ 'ਤੇ ਰਹਿੰਦੀ ਸੀ, ਨੈਚੁਰਲੀ ਕੋਈ ਵੀ ਪੇਸ਼ ਕਿ ਲੈਂਡਲਾਰਡ ਉਹ ਮੈਂਟਲੀ ਲੇਡੀ ਪੇਸ਼ੈਂਟ ਨੂੰ ਨਹੀਂ ਰੱਖ ਸਕਦਾ, ਉਹਨੂੰ ਸੰਭਾਲੂਗਾ ਉਹ ਕਿਵੇਂ? ਫਿਰ ਉਹਨੇ ਸਾਰੇ ਮੁਹੱਲੇ ਵਾਲੇ ਨੂੰ ਇਕੱਠਾ ਕਰਕੇ ਇਹਦੀ ਭੈਣ ਨੂੰ ਬੁਲਾਇਆ ਵੀ ਇਹਨੂੰ ਕਿਤੇ ਛੱਡ ਕੇ ਆਓ, ਮੈਂ ਇਹਨੂੰ ਨਹੀਂ ਰੱਖ ਸਕਦਾ। ਫਿਰ ਇਹਦੀ ਭੈਣ ਅਤੇ ਮੁਹੱਲੇ ਵਾਲੇ ਆ ਕੇ ਸਾਰਾ ਇਹਦਾ ਜਿਹੜਾ ਸੀਗਾ ਇਹ ਫਿਰ ਇੱਥੇ ਆ ਕੇ ਸਾਰੇ ਛੱਡ ਕੇ ਗਏ ਸੀਗੇ। ਆਪਾਂ ਇਹਨਾਂ ਦੀ ਗੱਲ ਕਰ ਰਹੇ ਹਾਂ, ਕੋਈ ਬੱਚੇ ਵਗੈਰਾ ਸੀਗੇ ਇਹਨਾਂ ਨੂੰ ਜੋ ਇਹਨਾਂ ਨੂੰ ਕਾਲ ਕਰਕੇ ਪੁੱਛਦੇ ਹੋਣ, ਜਾਂ ਫਿਰ ਕੋਈ ਇਹਨਾਂ ਦੇ ਰਿਲੇਟਿਵ? ਇਹਦੇ ਦੋ ਲੜਕੇ ਸੀ, ਦੋ ਲੜਕੀਆਂ ਸੀ, ਤਿੰਨ ਬੱਚੇ ਦੇ ਸੁਰਗਵਾਸ ਹੋ ਗਏ, ਸਿਰਫ ਇੱਕੋ ਹੀ ਲੜਕੀ ਬਚੀ ਸੀ। ਉਹਨੇ ਕਿਤੇ ਲਵ ਮੈਰਿਜ ਕਰਵਾਲੀ ਸੀ, ਉਹ ਪਤਾ ਨਹੀਂ ਸਾਨੂੰ ਕਿਸੇ ਨੇ ਕਦੇ ਕੋਈ ਕੰਟੈਕਟ ਨਹੀਂ ਕੀਤਾ। ਉਦੋਂ ਪਹਿਲਾਂ ਆਪਾਂ ਇਹਦੀ ਭੈਣ ਕੰਟੈਕਟ ਕੀਤਾ ਸੀ ਦੋ ਕੁ ਵਾਰੀ, ਹੁਣ ਉਹ ਵੀ ਸਾਨੂੰ ਪਤਾ ਨਹੀਂ ਕਿ ਕਿੱਥੇ ਆ। ਜਦੋਂ ਬਾਬਾ ਜੀ ਇਹਨਾਂ ਨੂੰ ਦੇਖਦੇ ਹੋ ਤੁਸੀਂ, ਕਿ ਇੱਕ ਇੱਦਾਂ ਦੀ ਹਾਲਤ ਦੇ ਵਿੱਚ ਪਏ ਨੇ ਕਿ ਇਹਨਾਂ ਨੂੰ ਆਪਣਾ ਨਹੀਂ ਸੁੱਧ ਬੁੱਧੀ ਕਿ ਮੈਂ ਕਿੱਥੇ ਪਈ ਹਾਂ, ਕਿਵੇਂ ਪਈ ਹਾਂ, ਤਾਂ ਅਫਸੋਸ ਜਿਹਾ ਹੁੰਦਾ ਹੈ, ਥੋੜ੍ਹਾ ਜਿਹਾ ਹੁੰਦਾ ਹੈ ਕੁਛ? ਬੇਟਾ ਅਫਸੋਸ ਤਾਂ ਹੁੰਦਾ, ਪਰ ਮੈਨੂੰ ਉਹਦੇ ਨਾਲ ਇਹ ਸੰਤੁਸ਼ਟੀ ਆ ਕਿ ਮੈਂ ਇਹਨਾਂ ਬੱਚਿਆਂ ਨੂੰ ਸੰਭਾਲਣਾ। ਜਿਨ੍ਹਾਂ ਨੂੰ ਸੜਕਾਂ 'ਤੇ ਪਿਆਰ ਦੇ ਇੱਕ ਆਦਮੀ ਪੀ ਪਿਆ ਹੋਵੇ ਨਾ, ਉਹਦੀ ਵੀ ਜ਼ਿੰਦਗੀ ਕੁਛ ਨਹੀਂ ਹੈ। ਇੱਕ ਲੜਕੀ ਪਈ ਹੋਵੇ, ਉਹਦੀ ਕੀ ਸਿਕਿਉਰਟੀ ਆ ਸੜਕ 'ਤੇ ਪਈ ਦੀ? ਬਿਲਕੁਲ। ਅਤੇ ਇਸ ਕਰਕੇ ਮੈਨੂੰ ਘੱਟੋ ਘੱਟ ਇਹ ਤਾਂ ਖੁਸ਼ੀ ਜ਼ਰੂਰ ਹੈਗੀ ਆ ਕਿ ਮੈਂ ਇਹਨਾਂ ਸਾਰੀਆਂ ਬੱਚਿਆਂ ਨੂੰ ਇੱਥੇ ਸੰਭਾਲਦਾ, ਇਹਨਾਂ ਦੀ ਹਰ ਸਿਕਿਉਰਟੀ ਆ, ਇਹਨਾਂ ਮੰਜਾ ਬਿਸਤਰਾ ਰੋਟੀ ਪਾਣੀ ਮੈਡੀਸਨ ਹਰ ਇੱਕ ਚੀਜ਼ ਮਿਲਦੀ ਆ। ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਆ, ਅਸੀਂ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ, ਸਾਡੇ ਕੋਲ ਗਰੀਬੀ ਆ, ਪੈਸਾ ਨਹੀਂ ਹੈਗਾ, ਸਾਨੂੰ ਇੰਨੇ ਜ਼ਿਆਦਾ ਦੁੱਖ ਨੇ, ਇੰਨੀ ਜ਼ਿਆਦਾ ਬਿਮਾਰੀਆਂ ਨੇ। ਪਰ ਅੱਜ ਅਸੀਂ ਤੁਹਾਨੂੰ ਕੁਛ ਇੱਦਾਂ ਦੀ ਸਟੋਰੀਆਂ ਨਾਲ ਰੂਬਰੂ ਕਰਵਾਵਾਂਗੇ, ਤੁਸੀਂ ਜ਼ਰੂਰ ਜਿਹੜਾ ਆ ਭਾਵੁਕ ਹੋ ਜਾਓਗੇ। ਜੀ ਹਾਂ, ਅੱਜ ਅਸੀਂ ਤੁਹਾਨੂੰ ਗੁਰੂ ਅਮਰਦਾਸ ਵਿਰਦਾ ਅਪਾਹਿਜ ਆਸ਼ਰਮ ਜਿੱਥੇ ਲੈ ਕੇ ਪਹੁੰਚੇ, ਜਿੱਥੇ ਕਿ ਤੁਹਾਨੂੰ ਸਟੋਰੀਆਂ ਸੁਣਾਵਾਂਗੇ, ਜਿੱਥੇ ਤੁਸੀਂ ਭਾਵੁਕ ਵੀ ਹੋਵੋਗੇ, ਪਰ ਕਿਤੇ ਨਾ ਕਿਤੇ ਤੁਹਾਡੇ ਦਿਲ ਦੇ ਵਿੱਚ ਹੌਸਲਾ ਵੀ ਆਊਗਾ, ਕਿਉਂਕਿ ਜੇਕਰ ਤੁਸੀਂ ਇਹ ਇੰਨੇ ਮੈਂਟਲੀ ਅਪਸੈਟ ਹੋ ਕੇ ਖੁਸ਼ ਰਹਿ ਸਕਦੇ, ਤੁਸੀਂ ਕਿਉਂ ਨਹੀਂ ਰਹਿ ਸਕਦੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਖੁਸ਼? ਤਾਂ ਆਈਏ ਸਟੋਰੀਆਂ ਨਾਲ ਰੂਬਰੂ ਕਰਾਉਂਦੇ ਹਾਂ, ਤਾਂ ਉਹਨਾਂ ਨਾਲ ਗੱਲ ਕਰਦੇ ਹਾਂ। ਜਿਹੜੇ ਮੇਰੇ ਪਿੱਛੇ ਬੈਠੇ ਨੇ, ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਸਾਂਝੀ ਕਰ ਰਹੇ ਨੇ, ਇਹਨਾਂ ਦਾ ਨਾਮ ਜਿਹੜਾ ਜਸਵਿੰਦਰ ਕੌਰ ਹੈ, ਇਹ ਮੈਂਟਲੀ ਅਪਸੈਟ ਨੇ। ਇਹਨਾਂ ਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਕਿ ਇਹਨਾਂ ਦਾ ਨਾਮ ਕੀ ਹੈ। ਜਦੋਂ ਇਹ ਕਹਿੰਦੇ ਇਹਨਾਂ ਦੇ ਹਸਬੈਂਡ ਦੀ ਜਦੋਂ ਡੈਥ ਹੋਈ ਸੀਗੀ, ਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਮੇਰੇ ਹਸਬੈਂਡ ਦੀ ਜਿਹੜੀ ਡੈਥ ਹੋ ਗਈ ਹੈ। ਆਪਾਂ ਇੱਕ ਵਾਰੀ ਜਿਹੜੀ ਹੈ ਤੁਹਾਨੂੰ ਦਿਖਾ ਦਿੰਦੇ ਕਿ ਕਿੰਨੇ ਜ਼ਿਆਦਾ ਇਹ ਅਪਸੈਟ ਨੇ।
ਨੇ। ਸਤਿ ਸ਼੍ਰੀ ਅਕਾਲ। ਮੇਰੇ ਬਾਬਾ ਸੀਗੇ, ਮੇਰੇ ਹਸਬੈਂਡ ਨਹੀਂ ਸੀ। ਅੱਛਾ, ਕੀ ਨਾਮ ਆ ਤੁਹਾਡਾ? ਮੇਰਾ ਨਾਮ ਮਨੀ ਹੈ। ਮੇਰਾ ਨਾਮ ਅੱਛਾ, ਦੇਖੋ ਤੁਸੀਂ ਜਿਵੇਂ ਕਿ ਦੇਖਿਆ ਹੈ ਤਸਵੀਰਾਂ ਦੇ ਵਿੱਚ, ਤੁਹਾਨੂੰ ਦਿਖਾ ਰਹੇ ਹਾਂ ਕਿ ਤੁਹਾਨੂੰ ਸੁਣਾਇਆ ਕਿ ਇਹ ਦੱਸ ਰਹੇ ਕਿ ਮੇਰਾ ਨਾਮ ਜਿਹੜਾ ਹੈ ਮਨੀ ਹੈ। ਬਾਬਾ ਜੀ ਨਾਲ ਗੱਲ ਕਰਾਂਗੇ ਜੋ ਕਿ ਇਹਨਾਂ ਨੂੰ ਸਾਂਭਦੇ ਨੇ। ਮੈਂ ਕਹਿੰਦੀ ਹਾਂ ਕਿ ਬਹੁਤ ਵਧੀਆ ਜਿਹੜਾ ਇਹਨਾਂ ਵੱਲੋਂ ਇੱਕ ਉਪਰਾਲਾ ਜਿਹੜਾ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਸਵਾਗਤ ਕਰਦੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਬੇਟਾ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੈਂ ਕਹਿੰਦੀ ਹਾਂ ਕਿ ਵਧਾਈਆਂ ਕਿ ਤੁਸੀਂ ਲੋਕਾਂ ਨੂੰ ਇੰਨਾ ਜ਼ਿਆਦਾ ਸਹਾਰਾ ਬਣ ਰਹੇ ਹੋ। ਹਰ ਕੋਈ ਤੁਹਾਡੇ ਵਰਗਾ ਜੇ ਮੈਂ ਕਹਿੰਦੀ ਬਣ ਗਿਆ ਤਾਂ ਦੁਨੀਆਂ ਦੇ ਵਿੱਚ ਬੇਰੁਜ਼ਗਾਰੀ ਅਤੇ ਜਿੰਨੇ ਵੀ ਗਲਤ ਕੰਮ ਹੋ ਰਹੇ ਬਿਲਕੁਲ ਖਤਮ ਹੋ ਜਾਣਗੇ। ਥੈਂਕ ਯੂ ਬੇਟਾ। ਇਹਦਾ ਜਿਹੜੇ ਪੇਸ਼ੈਂਟ ਹੈ ਨਾ ਐਕਚੁਲੀ, ਇਹ ਜਿਹੜਾ ਹੁਣ ਆਪਦਾ ਨਾਮ ਮਨੀ ਦੱਸਦੀ ਹੈ, ਇਹਦਾ ਨਾਮ ਮਨੀ ਨਹੀਂ ਹੈਗਾ ਜੀ, ਇਹਦਾ ਅਸਲ ਨਾਮ ਜਸਵਿੰਦਰ ਕੌਰ ਆ। ਇਹ ਕਿੱਥੋਂ ਆਏ ਨੇ, ਕੀ ਇਹਨਾਂ ਦੀ ਸਟੋਰੀ ਹੈ, ਕੀ ਇਹਨਾਂ ਦੇ ਇਤਿਹਾਸ? ਇਹ ਨਾ ਸ਼ਿਮਲਾਪੁਰੀ ਰਹਿੰਦੀ ਹੁੰਦੀ ਸੀ, ਲੁਧਿਆਣੇ ਵਿੱਚ। ਇਹਦੀ ਭੈਣ ਦੇ ਦੱਸੇ ਦਿਨ ਵਾਂਗ ਇਹ ਨਹੀਂ ਆਪਣੀ ਸਟੋਰੀ ਦੱਸ ਸਕਦੀ। ਇਹਦੀ ਇੱਕ ਭੈਣ ਸੀ, ਉਹ ਇਹਨੂੰ ਇੱਥੇ ਫਿਰ ਛੱਡ ਕੇ ਗਈ ਸੀ। ਇਹ 2018 ਵਿੱਚ ਇਹਦੇ ਹਸਬੈਂਡ ਦੀ ਡੈਥ ਹੋ ਗਈ ਸੀ। ਇਹਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰੇ ਹਸਬੈਂਡ ਸੀ, ਉਸੇ ਰੂਮ ਵਿੱਚ ਰਹਿੰਦੇ ਸੀ, ਇੱਕੋ ਰੂਮ ਦੇ ਵਿੱਚ। ਇਹ ਕਹਿੰਦੇ ਸੀ ਕੋਈ ਬਾਬਾ ਜੀ ਸੀ ਇੱਥੇ, ਕਹਿੰਦੇ ਮੇਰੇ ਨਾਲ ਰਹਿੰਦੇ ਸੀ। ਫਿਰ ਜਿਹੜੇ ਮਹੱਲੇ ਵਾਲਿਆਂ ਦੇ ਇਹਦੇ ਹਸਬੈਂਡ ਦੀ ਜਿਹੜਾ ਹੈਗਾ ਉਹ ਅੰਤਿਮ ਸੰਸਕਾਰ ਕਰ ਦਿੱਤਾ, ਅਤੇ ਜਿਹਨਾਂ ਦੇ ਇਹ ਰੈਂਟ 'ਤੇ ਰਹਿੰਦੀ ਸੀ, ਨੈਚੁਰਲੀ ਕੋਈ ਵੀ ਪੇਸ਼ ਕਿ ਲੈਂਡਲਾਰਡ ਉਹ ਮੈਂਟਲੀ ਲੇਡੀ ਪੇਸ਼ੈਂਟ ਨੂੰ ਨਹੀਂ ਰੱਖ ਸਕਦਾ, ਉਹਨੂੰ ਸੰਭਾਲੂਗਾ ਉਹ ਕਿਵੇਂ? ਫਿਰ ਉਹਨੇ ਸਾਰੇ ਮਹੱਲੇ ਵਾਲੇ ਨੂੰ ਇਕੱਠਾ ਕਰਕੇ ਦੀ ਭੈਣ ਨੂੰ ਬੁਲਾਇਆ ਵੀ ਇਹਨੂੰ ਕਿਤੇ ਛੱਡ ਕੇ ਉਹ ਮੈਂ ਇਹਨੂੰ ਨਹੀਂ ਰੱਖ ਸਕਦਾ। ਫਿਰ ਇਹਦੀ ਭੈਣ ਅਤੇ ਮਹੱਲੇ ਵਾਲੇ ਆ ਕੇ ਸਾਰਾ ਇਹਦਾ ਜਿਹੜਾ ਸੀਗਾ ਇਹ ਫਿਰ ਇੱਥੇ ਆ ਕੇ ਸਾਰੇ ਛੱਡ ਕੇ ਗਏ ਸੀਗੇ। ਬਾਬਾ ਜੀ ਕੋਈ ਨਾ ਕੋਈ ਤਾਂ ਰੀਜ਼ਨ ਹੋਇਆ ਹੀ ਹੋਊਗਾ ਕਿ ਮੈਂਟਲੀ ਅਪਸੈਟ ਹੋ ਗਏ। ਇਹਨਾਂ ਦੇ ਨਹੀਂ ਇਹਨਾਂ ਨੂੰ ਪਤਾ ਕਿ ਮੇਰੇ ਨਾਲ ਜਿਹੜਾ ਰਹਿੰਦਾ ਸੀ ਮੇਰਾ ਹਸਬੈਂਡ ਸੀ ਕਿ ਕੌਣ ਸੀ? ਮੈਂਟਲੀ ਅਪਸੈਟ ਨਾ ਜ਼ਰੂਰੀ ਨਹੀਂ ਕਿ ਕਿਸੇ ਸ਼ੌਕ ਪਿੱਛੇ ਹੋਵੇ। ਇਹ ਜਨਰੇਸ਼ਨ ਜਿਹੜੀ ਇਹ ਪ੍ਰੋਬਲਮ ਹੈਗੀ ਨਾ ਮੈਂਟਲ ਸਿਕਨੈਸ ਆ, ਇਹ ਜਨਰੇਸ਼ਨ ਟੂ ਜਨਰੇਸ਼ਨ ਚੱਲਦੀ ਆ। ਜੇ ਇਹਦੇ ਕੋਈ ਮੰਮੀ ਜਾਂ ਡੈਡੀ ਇਸ ਤਰ੍ਹਾਂ ਮੈਂਟਲ ਸਿਕਨੈਸ ਸੀ ਤਾਂ ਵੀ ਇਹਨੂੰ ਮੈਂਟਲ ਸਿਕਨੈਸ ਹੋ ਸਕਦੀ ਆ, ਇਹਦੇ ਨਾਨਕਿਆਂ ਵਿੱਚੋਂ ਸੀ ਕੋਈ ਤਾਂ ਵੀ ਇਹਨੂੰ ਮੈਂਟਲ ਸਿਕਨੈਸ ਹੋ ਸਕਦੀ ਆ। ਇਹ ਕਾਫੀ ਨਾ ਕੰਪਲੀਕੇਟਡ ਪ੍ਰੋਸੈਸ ਜਿਹਨੂੰ ਜੈਨੇਟਿਕ ਸਾਇੰਸ ਕਹਿੰਦੇ ਆ। ਆਪਾਂ ਇਹਨਾਂ ਦੀ ਗੱਲ ਕਰ ਰਹੇ ਆ ਕੋਈ ਬੱਚੇ ਵਗੈਰਾ ਸੀਗੇ ਇਹਨਾਂ ਨੂੰ ਜੋ ਉਹਨਾਂ ਨੂੰ ਕਾਲ ਕਰਕੇ ਪੁੱਛਦੇ ਹੋਣ ਜਾਂ ਫਿਰ ਕੋਈ ਇਹਨਾਂ ਦੇ ਰਿਲੇਟਿਵ ਹੋਣ? ਇਹਦੇ ਦੋ ਲੜਕੇ ਸੀ, ਦੋ ਲੜਕੀਆਂ ਸੀ, ਤਿੰਨ ਬੱਚੇ ਦੇ ਸੁਰਗਵਾਸ ਹੋ ਗਏ, ਸਿਰਫ ਇੱਕੋ ਹੀ ਲੜਕੀ ਬਚੀ ਸੀ। ਉਹਨੇ ਕਿਤੇ ਲਵ ਮੈਰਿਜ ਕਰਨ ਵਾਲੀ ਸੀ, ਉਹ ਪਤਾ ਨਹੀਂ ਸਾਨੂੰ ਕਿਸੇ ਨੇ ਕਦੇ ਕੋਈ ਕੰਟੈਕਟ ਨਹੀਂ ਕੀਤਾ। ਉਦੋਂ ਪਹਿਲਾਂ ਆਪਾਂ ਇਹਦੀ ਭੈਣ ਕੰਟੈਕਟ ਕੀਤਾ ਸੀ ਦੋ ਕੁ ਵਾਰੀ, ਹੁਣ ਉਹ ਵੀ ਸਾਨੂੰ ਪਤਾ ਨਹੀਂ ਕਿ ਕਿੱਥੇ ਆ। ਅੱਛਾ, ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇੱਥੇ? ਇਹ ਸਾਡੇ ਕੋਲ 2018 'ਚ ਆਈ ਸੀ। 2018 ਤੋਂ ਆਈ? ਹਾਂਜੀ। ਤੇ ਇੰਨਾ ਲੰਬਾ ਅਰਸਾ ਇਹਨਾਂ ਨੂੰ ਹੋ ਗਿਆ, ਕਦੇ ਇਹਨਾਂ ਦੇ ਕੋਈ ਰਿਸ਼ਤੇਦਾਰ ਮਾਂ ਪਿਓ ਜਾਂ ਫਿਰ ਕੋਈ ਹੋਰ ਹੋਣ ਜਿਨ੍ਹਾਂ ਨੇ ਤੁਹਾਨੂੰ ਕਦੇ ਸੰਪਰਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੋਵੇ ਜਾਂ ਫਿਰ ਪੁੱਛਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਕਿੱਥੇ ਨੇ, ਕਿਵੇਂ ਨੇ, ਕੀ ਹੈ, ਕੁਛ ਕਾਲ ਵਗੈਰਾ ਆਈ ਹੈ ਕਿਸੇ ਦੀ? ਨਹੀਂ, ਬਸ ਉਦੋਂ ਹੀ ਇਹਦੀ ਭੈਣ ਦੇ ਇੱਕ ਦੋ ਵਾਰ ਆਈ ਸੀ 2018-2019 'ਚ, ਉਸ ਤੋਂ ਬਾਅਦ ਕਦੇ ਕੋਈ ਨਹੀਂ ਆਇਆ। ਜਦੋਂ ਇੱਦਾਂ ਦੇ ਲੋਕ ਦੇਖਦੇ ਹੋ, ਇਤਨੀ ਮਤਲਬ ਦੁਨੀਆ ਦੇ ਇਹ ਰੂਪ ਦੇਖਦੇ ਹੋ, ਕੀ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਆਉਂਦਾ ਹੈ, ਕੀ ਸੋਚਦੇ ਹੋ ਇਹਨਾਂ ਨੂੰ ਦੇਖ ਕੇ? ਇਹਨੂੰ ਬੇਟਾ ਮੈਂ ਦੇਖ ਕੇ ਇਹੀ ਸੋਚਦਾ ਕਿ ਇਹ ਪਰਮਾਤਮਾ ਦੀ ਖੇਡ ਆ, ਠੀਕ ਆ, ਕਿਸੇ ਕੋਲ ਪੈਸੇ ਗਿਣੇ ਨਹੀਂ ਜਾਂਦੇ, ਕਿਸੇ ਨੂੰ ਉਹਨਾਂ ਦੇ ਘਰਾਂ ਵਿੱਚ ਮਸ਼ੀਨਾਂ ਲਾਉਣੀਆਂ ਪੈਂਦੀਆਂ ਨੇ, ਜਿਹੜਾ ਬਲੈਕ ਦਾ ਪੈਸਾ ਹੁੰਦਾ। ਕਈ ਇਹੋ ਜਿਹੇ ਗਰੀਬ ਨੇ ਜਿਨ੍ਹਾਂ ਨੂੰ ਉਹੀ ਅਮੀਰ ਇਹਨਾਂ ਨੂੰ ਪੁੱਛਦੇ ਤੱਕ ਨਹੀਂ। ਤੂੰ ਦੇਖੋ ਇਹਨਾਂ ਦਾ ਹਾਲ ਕੀ ਆ, ਜਾਂ ਇਹਨਾਂ ਨੂੰ ਰੋਡ ਸਾਈਡ ਆ ਜਾਂ ਫਿਰ ਇਹ ਆਸ਼ਰਮ ਆ, ਸੜਕ ਤੇ ਪੈਣਾ ਕਿੰਨਾ ਔਖਾ ਹੈ। ਇੱਕ ਲੇਡੀ ਲਈ ਪੈਣਾ ਕਿੰਨਾ ਕੁ ਜ਼ਿਆਦਾ ਔਖਾ ਆ, ਇੱਕ ਮੈਂ ਕਹਿੰਦੀ ਲੇਡੀ ਹੋ ਕੇ ਤੁਸੀਂ ਆਪ ਵੀ ਸਮਝ ਸਕਦੇ ਹੋ ਕਿ ਕਿੰਨਾ ਜ਼ਿਆਦਾ ਔਖਾ ਹੈ। ਹਾਂ, ਤੁਸੀਂ ਇੱਥੇ ਦੇਖਦੇ ਹੋ ਇੱਥੇ ਜਿਹੜੀ ਮੈਜੋਰਿਟੀ ਆ 90% ਲੇਡੀਜ਼ ਉਹੀ ਨੇ ਜਿਹੜੀਆਂ ਸੜਕਾਂ ਤੋਂ ਚੱਕ ਕੇ ਲਿਆਂਦੀਆਂ ਹੋਈਆਂ ਨੇ। ਜਦੋਂ ਬਾਬਾ ਜੀ ਇਹਨਾਂ ਨੂੰ ਦੇਖਦੇ ਹੋ ਤੁਸੀਂ ਕਿ ਇੱਕ ਇੱਦਾਂ ਦੀ ਹਾਲਤ ਦੇ ਵਿੱਚ ਪਏ ਨੇ ਕਿ ਇਹਨਾਂ ਨੂੰ ਆਪਣਾ ਨਹੀਂ ਸੁੱਧ ਬੁੱਧੀ ਕਿ ਮੈਂ ਕਿੱਥੇ ਪਈ ਹਾਂ, ਕਿਵੇਂ ਪਈ ਹਾਂ, ਤਾਂ ਅਫਸੋਸ ਜਿਹਾ ਹੁੰਦਾ ਹੈ, ਥੋੜ੍ਹਾ ਜਿਹਾ ਹੁੰਦਾ ਹੈ ਕੁਛ?
ਬੇਟਾ ਅਫਸੋਸ ਤਾਂ ਹੁੰਦਾ ਪਰ ਮੈਨੂੰ ਉਹਦੇ ਨਾਲ ਇਹ ਸੰਤੁਸ਼ਟੀ ਆ ਕਿ ਮੈਂ ਇਹਨਾਂ ਬੱਚਿਆਂ ਨੂੰ ਸੰਭਾਲਣਾ। ਜਿਨ੍ਹਾਂ ਨੂੰ ਸੜਕਾਂ 'ਤੇ ਪਿਆਰ ਦੇ ਇੱਕ ਆਦਮੀ ਪੀ ਪਿਆ ਹੋਵੇ ਨਾ, ਉਹਦੀ ਵੀ ਜ਼ਿੰਦਗੀ ਕੁਛ ਨਹੀਂ ਹੈ। ਇੱਕ ਲੜਕੀ ਪਈ ਹੋਵੇ, ਉਹਦੀ ਕੀ ਸਿਕਿਉਰਟੀ ਆ ਸੜਕ 'ਤੇ ਪਈ ਦੀ? ਅਤੇ ਇਸ ਕਰਕੇ ਮੈਨੂੰ ਘੱਟੋ ਘੱਟ ਇਹ ਤਾਂ ਖੁਸ਼ੀ ਜ਼ਰੂਰ ਹੈਗੀ ਆ ਕਿ ਮੈਂ ਇਹਨਾਂ ਸਾਰੀਆਂ ਬੱਚਿਆਂ ਨੂੰ ਇੱਥੇ ਸੰਭਾਲਦਾ। ਇਹਨਾਂ ਦੀ ਹਰ ਸਿਕਿਉਰਟੀ ਆ, ਇਹਨਾਂ ਮੰਜਾ ਬਿਸਤਰਾ ਰੋਟੀ ਪਾਣੀ ਮੈਡੀਸਨ ਹਰ ਇੱਕ ਚੀਜ਼ ਮਿਲਦੀ ਆ। ਅਤੇ ਬਾਬਾ ਜੀ, ਜਿਵੇਂ ਕਿ ਹਰ ਕੋਈ ਹੁੰਦਾ ਹੈ ਕਿ ਇੱਕ ਤੁਸੀਂ ਇੱਕ ਐਨ ਜੀ ਓ ਚਲਾ ਰਹੇ ਹੋ ਇੱਕ ਤਰੀਕੇ ਦੀ, ਹੈ ਨਾ, ਵੀ ਤੁਹਾਨੂੰ ਕੋਈ ਹੈਲਪ ਵਗੈਰਾ ਲਈ ਕੋਈ ਕੰਟੈਕਟ ਕਰਨਾ ਚਾਹੇ ਜਾਂ ਕੁਛ ਹੋਰ ਤੁਹਾਨੂੰ ਕਹਿਣਾ ਚਾਹੇ ਕਿ ਹਾਂ ਕਿਸੇ ਵੀ ਤਰੀਕੇ ਦੀ ਸੇਵਾ ਜਿਹੜਾ ਆ ਕੋਈ ਆਪਣੇ ਵੱਲੋਂ ਉਪਰਾਲਾ ਕਰਨਾ ਚਾਹੇ, ਤਾਂ ਇੱਕ ਵਾਰੀ ਆਪਣਾ ਐਡਰੈਸ ਜਿਹੜਾ ਜ਼ਰੂਰ ਦੱਸ ਦਿਓ ਤਾਂ ਕਿ ਕੋਈ ਵੀ ਇੱਥੇ ਆ ਕੇ ਵਿਜ਼ਿਟ ਕਰ ਲਵੇ। ਇਸ ਸੰਸਥਾ ਦਾ ਨਾਂ ਹੈ ਗੁਰੂ ਅਮਰਦਾਸ ਅਪਾਹਜ ਆਸ਼ਰਮ। ਇਹ ਗੁਰੂ ਅਮਰਦਾਸ ਅਪਾਹਜ ਆਸ਼ਰਮ ਸਰਦਾਰ ਕਰਤਾਰ ਸਿੰਘ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜਿਹੜਾ ਜੱਦੀ ਪਿੰਡ ਆ ਸਰਾਭਾ, ਉਹਦੇ ਬਿਲਕੁਲ ਨੇੜੇ ਬਣਿਆ ਹੋਇਆ ਹੈ। ਸਾਡਾ ਇੱਥੇ ਫੋਨ ਨੰਬਰ ਹੈ 95 08 42 505 95 08 42 506। ਸੋ ਜਿਵੇਂ ਕਿ ਅੱਜ ਦੀਆਂ ਕਹਾਣੀਆਂ ਨਾਲ ਤੁਹਾਨੂੰ ਰੂਬਰੂ ਕਰਾਇਆ ਹੈ, ਸੁਣ ਕੇ ਭਾਵੁਕ ਤਾਂ ਜ਼ਰੂਰ ਹੋ ਗਏ ਹੋਣਗੇ, ਕਿਤੇ ਨਾ ਕਿਤੇ ਲੱਗਦਾ ਹੈ ਕਿ ਹਾਂ ਸਾਡੀ ਜ਼ਿੰਦਗੀ ਜਿਹੜੀ ਆ ਬਹੁਤ ਦੁੱਖਾਂ ਨਾਲ ਭਰੀ ਆ, ਪਰ ਇਹਨਾਂ ਲੋਕਾਂ ਨੂੰ ਦੇਖ ਕੇ ਅਤੇ ਸੁਣ ਕੇ ਤੁਹਾਨੂੰ ਲੱਗਿਆ ਹੋਊਗਾ ਕਿ ਸਾਡੀ ਜ਼ਿੰਦਗੀ ਜਿਹੜੀ ਆ ਬਹੁਤ ਵਧੀਆ ਨੇ, ਕਿਉਂਕਿ ਆਪਣੇ ਤੋਂ ਨੀਵਾਂ ਬੰਦਾ ਦੇਖ ਕੇ ਪਤਾ ਲੱਗਦਾ ਹੈ ਕਿ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਜ਼ਿਆਦਾ ਖੁਸ਼ਹਾਲੀ ਹੈ ਅਤੇ ਕਿੰਨੇ ਜ਼ਿਆਦਾ ਦੁੱਖ ਨੇ। ਤੁਹਾਨੂੰ ਕਿੱਦਾਂ ਦੀ ਲੱਗੀਆਂ ਇਹਨਾਂ ਦੀ ਸਟੋਰੀਆਂ ਅਤੇ ਕਿੰਨਾ ਜ਼ਿਆਦਾ ਤੁਸੀਂ ਭਾਵੁਕ ਹੋਏ ਹੋ? ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਪ੍ਰਿੰਸ ਕੁਮਾਰ ਨਾਲ।